ਸਤਿ ਸ਼੍ਰੀ ਅਕਾਲ ਜੀ, ਕਲੇਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੇਅਰ ਕਲੋਥ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਤਾਂ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ, ਕਿਉਂਕਿ ਅਸੀਂ ਬਹੁਤ ਹੀ ਜਨਰਲ ਪ੍ਰਾਈਸ 'ਤੇ ਬਹੁਤ ਸੋਹਣੀ ਸੋਹਣੀ ਆਈਟਮਾਂ ਤੁਹਾਡੇ ਲਈ ਡੇਲੀ ਇੰਡੀਆ ਟਾਈਮ ਦੇ 5 ਵਜੇ ਲੈ ਕੇ ਆਉਂਦੇ ਹਾਂ, ਠੀਕ ਹੈ ਜੀ। ਅਤੇ ਆਪਾਂ ਜ਼ਿਆਦਾਤਰ ਤੁਹਾਨੂੰ ਪਤਾ ਰਾਮ ਟੈਕਸ ਨਾਲ ਡੀਲ ਕਰਦੇ ਹਾਂ। ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਸੂਟ ਮੰਗਵਾਉਣਾ ਕਿੱਦਾਂ। ਜੇ ਤੁਸੀਂ ਨਵੇਂ ਹੋ ਤਾਂ ਸਕਰੀਨ 'ਤੇ ਨੰਬਰ ਹੋਊਗਾ, ਉਸ 'ਤੇ ਸਕਰੀਨਸ਼ਾਟ ਲੈ ਕੇ ਭੇਜਣਾ। COD ਅਸੀਂ ਨਹੀਂ ਕਰਦੇ, ਕੈਸ਼ ਔਨ ਡਿਲੀਵਰੀ ਨਹੀਂ ਕਰਦੇ, ਹੋਰ ਕਿਸੇ ਵੀ ਮੈਥਡ ਦੇ ਨਾਲ ਪੇਮੈਂਟ ਕਰ ਸਕਦੇ ਹੋ। ਅਤੇ ਜੇ ਸ਼ੋਪ 'ਤੇ ਆਉਣਾ ਤਾਂ ਐਡਰੈਸ ਹੈਗਾ ਕਲੇਅਰ ਕਲੋਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋਂ ਫਨਵਰਡ, ਚੀਕੇ ਵਾਲਾ ਮੋੜ, ਪਟਿਆਲਾ, ਠੀਕ ਹੈ ਜੀ। ਗੂਗਲ 'ਤੇ ਸਰਚ ਮਾਰ ਲਿਓ, ਸਾਡਾ ਕਲੇਅਰ ਕਲੋਥ ਹਾਊਸ ਨਿਕਲਿਆਊਗਾ, ਲੋਕੇਸ਼ਨ ਨਿਕਲਿਆਊਗੀ। ਆਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਵੀ ਲੋਕੇਸ਼ਨ ਲੈ ਸਕਦੇ ਹੋ ਫੋਨ ਕਰਕੇ, ਨਹੀਂ ਤਾਂ ਤੁਸੀਂ ਗੂਗਲ 'ਤੇ ਸਰਚ ਮਾਰ ਲਿਓ, ਠੀਕ ਹੈ ਜੀ। ਅਤੇ ਪਰ ਜੇ ਤੁਸੀਂ ਆਉਣਾ ਤਾਂ ਇੱਕ ਕੰਮ ਜ਼ਰੂਰ ਕਰਨਾ, ਫੋਨ ਜ਼ਰੂਰ ਕਰਨਾ ਸਾਨੂੰ, ਕਿਉਂਕਿ ਸੰਡੇ ਸਾਡਾ ਆਫ ਹੁੰਦਾ ਅਤੇ ਟਾਈਮ ਹੈ ਸਾਡਾ 10 ਤੋਂ 5, ਅਤੇ ਕਦੇ ਕਦੇ ਕੰਮ ਧੰਦੇ ਕਰਕੇ ਅੱਗੇ ਪਿੱਛੇ ਵੀ ਚਲੇ ਜਾਂਦੇ ਹਾਂ, ਇਸ ਕਰਕੇ ਉਹ ਬਹੁਤ ਜ਼ਰੂਰੀ ਹੈ, ਫੋਨ ਕਰ ਲੈਣਾ। ਹੋ ਸਕੇ ਤਾਂ ਉਹ ਸਵੇਰੇ ਜ਼ਰੂਰ ਕਨਫਰਮ ਕਰਨਾ ਜਿਸ ਦਿਨ ਆਉਣਾ, ਠੀਕ ਹੈ ਜੀ। ਲਓ ਜੀ, ਅੱਜ ਆਪਾਂ ਤੁਹਾਨੂੰ ਰਾਮ ਟੈਕਸ ਦੀਆਂ ਆਈਟਮਾਂ ਦਿਖਾਵਾਂਗੇ। ਬਹੁਤ ਪਿਆਰਾ ਔਰਗੈਂਜ਼ਾ ਰਾਮ ਟੈਕਸ ਦਾ, ਜਿਨ੍ਹਾਂ ਨੇ ਪਹਿਨਿਆ ਹੋਇਆ ਉਹਨੂੰ ਪਤਾ ਹੈ ਨਾ, ਬਹੁਤ ਪਿਆਰਾ ਔਰਗੈਂਜ਼ਾ ਰਾਮ ਟੈਕਸ ਦੇ ਔਰਗੈਂਜ਼ਾ ਦੇ ਸੂਟ ਦਿਖਾਵਾਂਗੇ ਤੁਹਾਨੂੰ ਅੱਜ। ਬਹੁਤ ਪਿਆਰੀ ਜੀ, ਪਾਣੀ ਵਰਗੀ ਫੀਲ ਹੈ। ਅਤੇ ਇਹਦੇ ਵਿੱਚ ਤੁਹਾਨੂੰ ਮਿਲੂਗਾ ਇਹ ਸਾਰਾ ਫਰੰਟ ਦੇ ਉੱਤੇ ਥਰੈਡ ਵਰਕ, ਰੇਸ਼ਮੀ ਥਰੈਡ ਦਾ ਕੰਮ ਹੋਇਆ। 26 ਤੱਕ ਤੁਹਾਡਾ ਇਹ ਏਰੀਏ ਦੇ ਵਿੱਚ ਕੰਮ ਹੋਇਆ ਪਿਆ, ਠੀਕ ਹੈ। ਅਤੇ ਫੁੱਲ ਫਰੰਟ ਦੇ ਉੱਤੇ, ਠੀਕ ਹੈ। ਅਤੇ ਨੀਚੇ ਆ ਕੇ ਅੰਬੀ ਵਰਕ ਆ ਗਿਆ, ਠੀਕ ਹੈ। ਫਿਰ ਆਉਂਦਾ ਖੂਬਸੂਰਤ ਮੋਰਾਂ ਦਾ ਪ੍ਰਿੰਟ, ਠੀਕ ਹੈ ਜੀ। ਆ ਪ੍ਰਿੰਟਿੰਗ ਆ ਗਈ ਵਿੱਚ, ਜਿਹਨੇ ਇਹਨੂੰ ਬਹੁਤ ਸੋਹਣੀ ਪਲੇਨ ਨੂੰ ਬ੍ਰੇਕ ਦਿੱਤੀ ਹੈ ਬਾਰਡਰ ਨੇ, ਬਹੁਤ ਪਿਆਰਾ ਜਿਹਾ ਪ੍ਰਿੰਟ ਆ ਗਿਆ। ਅਤੇ ਅਗੇਨ ਫਿਰ ਪੱਟੀ ਆ ਗਈ, ਜਿਹੜੀ ਪੱਟੀ ਹੈ ਵਰਕ ਵਾਲੀ ਇਹ 29 ਹੈ, ਠੀਕ ਹੈ। ਜਿਵੇਂ ਆਪਣਾ ਕਈ ਵਾਰੀ ਹਿੱਪ ਤੋਂ ਨੀਚੇ ਘੇਰਾ ਥੋੜ੍ਹਾ ਜਿਹਾ ਵੱਧ ਹੁੰਦਾ, ਉਸ ਹਿਸਾਬ ਨਾਲ ਆਪਾਂ ਇਹਨੂੰ, ਇਹ 29 ਹੈ ਅਤੇ ਇਹ 26 ਤੱਕ ਹੈ, ਠੀਕ ਹੈ ਜੀ। ਅਤੇ ਨਾਲ ਤੁਹਾਨੂੰ 3 ਮੀਟਰ ਦੀ ਮਿਲੂਗੀ ਸਿਲਕ ਦੀ ਸਲਵਾਰ, ਠੀਕ ਹੈ। ਅਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦੇਣਾ ਆਪਾਂ ਪੂਰੀ ਭਰਵੀਂ ਲੁੱਕ ਦਾ ਔਰਗੈਂਜ਼ਾ ਦਾ। ਲਓ ਜੀ, ਆਹ ਤੁਹਾਨੂੰ ਮਿਲੂਗਾ ਮੋਰਾਂ ਵਾਲਾ ਦੁਪੱਟਾ, ਇਹਦੇ 'ਚ ਮੋਰ ਥੋੜ੍ਹੇ ਛੋਟੇ ਆ, ਨੇੜੇ ਫੋਕਸ ਕਰਦੇ ਹੈ, ਠੀਕ ਹੈ। ਉਹਦੇ 'ਚ ਮੋਰ ਵੱਡੇ ਸੀ ਅਤੇ ਇਹਦੇ 'ਚ ਮੋਰ ਛੋਟੇ ਹੈ। ਪੂਰਾ ਦੁਪੱਟਾ ਪ੍ਰਿੰਟ ਦੇ ਨਾਲ, ਵੈਰੀ ਬਿਊਟੀਫੁਲ ਪ੍ਰਿੰਟ ਦੇ ਨਾਲ ਭਰਿਆ ਹੋਇਆ, ਅਤੇ ਉਹਨੂੰ ਕਾਟਨ ਲੇਸ ਲੱਗੀ ਹੋਈ ਹੈ, ਦੇਖੋ ਸਿਲਕੀ ਕਾਟਨ ਜੀ ਦੀ ਲੇਸ ਲੱਗੀ, ਬਹੁਤ ਸੋਹਣੀ। ਅਤੇ ਲੁੱਕ ਦੁਪੱਟੇ ਦੀ ਬਹੁਤ ਪਿਆਰੀ ਆਉਣ ਵਾਲੀ ਹੈ, ਫੈਬਰਿਕ ਬਿਲਕੁਲ ਫੀਲ ਸਿਲਕ ਦੀ ਹੈ, ਬਿਲਕੁਲ ਬਹੁਤ ਪਿਆਰੀ ਜੀ ਲੁੱਕ ਦੇ ਵਿੱਚ, ਸੁਪਰ ਐਂਡ ਐਲੀਗੈਂਟ ਜਿਹਾ ਸੂਟ ਤੁਹਾਡਾ ਰੈਡੀ ਹੋ ਜਾਣਾ। 2.5 ਮੀਟਰ ਦੁਪੱਟਾ ਹੋਊਗਾ ਅਤੇ ਪ੍ਰਾਈਸ ਰਹੂਗਾ 3475 ਰੁਪਏ। 3475 ਦੇ ਵਿੱਚ ਸੂਟ ਕੰਪਲੀਟ ਰੈਡੀ ਹੈ ਤੁਹਾਡਾ, ਠੀਕ ਹੈ ਜੀ। ਦੁਪੱਟਾ ਵੀ ਲੇਸ ਲਾ ਕੇ ਰੈਡੀ ਹੈ ਅਤੇ ਸੂਟ ਵੀ ਪੂਰਾ ਹੈਵੀ ਹੈ, 3475 'ਚ ਤੁਹਾਡੇ ਘਰ ਪਹੁੰਚ ਜੂਗਾ। ਜਦੋਂ ਤੁਸੀਂ ਇਹਨੂੰ ਲਾਈਨਿੰਗ ਲਵਾਓਗੇ ਤਾਂ ਇਸ ਤਰੀਕੇ ਨਾਲ ਲਵਾਉਣੀ ਹੈ ਕਿ ਇਹਦਾ ਜਦੋਂ ਕਲਰ ਉੱਭਰ ਕੇ ਆਵੇ ਤਾਂ ਇਹੀ ਵਾਲਾ ਆਵੇ ਸਲਵਾਰ ਵਾਲਾ, ਠੀਕ ਹੈ। ਇਸ ਤਰ੍ਹਾਂ ਨਾਲ ਲਾਈਨਿੰਗ ਲਵਾਉਣੀ ਹੈ, ਠੀਕ ਹੈ ਜੀ। ਨੈਕਸਟ ਹੈ ਡਸਟੀ ਫਿਰੋਜ਼ੀ ਕਲਰ, ਹਾਂਜੀ ਡਸਟੀ ਜਾਂ ਫਿਰੋਜ਼ੀ ਕਲਰ ਹੈ, ਭੜਕੀਲਾਪਣ ਬਿਲਕੁਲ, ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਰਾਮ ਟੈਕਸ ਦੇ ਸੂਟਾਂ 'ਚ ਭੜਕੀਲਾਪਣ ਤਾਂ ਹੁੰਦਾ ਹੀ ਨਹੀਂ ਗਾ। ਲਓ ਆਹ ਤੁਹਾਨੂੰ ਮਿਲ ਰਿਹਾ ਪੂਰੇ ਫਰੰਟ ਦੇ ਉੱਤੇ ਥਰੈਡ ਵਰਕ, ਸੁਪਰ ਐਂਡ ਐਲੀਗੈਂਟ, ਜਿਹੜਾ ਮਰਜ਼ੀ ਏਜ ਗਰੁੱਪ ਹੈ ਬਹੁਤ ਪਿਆਰਾ ਜਿਹਾ ਸੂਟ ਤੁਹਾਡਾ ਰੈਡੀ ਹੋਣਾ, ਕਿਉਂਕਿ ਪ੍ਰਿੰਟ ਥੋੜ੍ਹਾ ਜਿਹਾ ਹੀ ਹੈ ਬਾਰਡਰ ਦੇ ਉੱਤੇ ਅਤੇ ਉਹ ਵੀ ਬਹੁਤ ਤਿੱਖਾ ਨਹੀਂ ਹੈ ਪ੍ਰਿੰਟ, ਠੀਕ ਹੈ। ਅਤੇ ਨਾਲ ਤੁਹਾਨੂੰ ਮਿਲੂਗੀ ਸਿਲਕ ਦੀ ਸਲਵਾਰ ਅਤੇ 3 ਮੀਟਰ ਸ਼ਰਟ ਮਿਲੂਗੀ, ਇਹਦੇ ਬੈਕ ਸਾਈਡ 'ਤੇ ਵੀ ਪ੍ਰਿੰਟ ਰਹੂਗਾ, ਠੀਕ ਹੈ ਬਾਰਡਰ ਦਾ। ਅਤੇ ਨਾਲ ਮਿਲੂਗਾ ਇਹ ਖੂਬਸੂਰਤ ਦੁਪੱਟਾ ਜਿਹਨੂੰ ਲੇਸ ਲਗਾ ਕੇ ਫਾਈਨਲ ਕੀਤਾ, ਠੀਕ ਹੈ ਜੀ। ਆਹ ਦੁਪੱਟਾ ਨਾਲ ਮਿਲੂਗਾ, ਪ੍ਰਾਈਸ ਰੇਂਜ ਔਰਗੈਂਜ਼ਾ ਦਾ ਹੀ ਦੁਪੱਟਾ ਹੋਊਗਾ, ਔਰਗੈਂਜ਼ਾ ਦੀ ਸ਼ਰਟ ਹੋਊਗੀ, ਪ੍ਰਾਈਸ 3475, ਠੀਕ ਹੈ ਜੀ। ਅਗਲਾ ਹੈਗਾ ਜੀ ਕਿਹੜਾ ਕਲਰ ਹੈ ਜੀ, ਮੋਵ, ਹਾਂਜੀ ਹੈ ਨਾ। ਲਓ ਜੀ ਮੋਵ ਕਲਰ, ਉਹਦੇ ਉੱਪਰ ਵਰਕ, ਇਹਦੇ ਨੀਚੇ ਆਪਾਂ ਬੋਟਮ ਲਗਾ ਕੇ ਹੀ ਤੁਹਾਨੂੰ ਦਿਖਾਈ ਹੈ ਕਲਰ, ਤਾਂ ਕਿ ਤੁਹਾਨੂੰ ਸਹੀ ਆ ਜਾਵੇ, ਠੀਕ ਹੈ ਜੀ। ਅਤੇ ਬਹੁਤ ਪਿਆਰਾ ਤੁਹਾਨੂੰ ਨਾ ਆਹ ਜਿਹੜੀ ਚੀਜ਼ ਹੈ ਨਾ ਵੀ ਸੇਮ ਕਲਰ ਦਾ ਕੰਮ ਹੋਇਆ ਹੋਇਆ ਅਤੇ ਥਰੈਡ ਵਰਕ ਹੋਇਆ ਹੋਇਆ, ਭਾਵੇਂ ਹੈਵੀ ਹੈ ਪਰ ਵੈਰੀ ਗ੍ਰੇਸਫੁਲ ਜੀ ਲੁੱਕ ਆ ਜਾਂਦੀ ਹੈ। ਬਹੁਤ ਵੱਡਾ ਏਜ ਗਰੁੱਪ ਇਹ 'ਚ ਕਾਊਂਟ ਹੋ ਜਾਂਦਾ ਹੈ ਨਾ, ਹਾਂਜੀ ਵੀ ਛੋਟੀ ਉਮਰ ਤੋਂ ਲੈ ਕੇ ਵੱਡੀ ਤੱਕ ਕੋਈ ਵੀ ਇਹਨੂੰ ਪਹਿਨ ਸਕਦਾ, ਇੰਨੀ ਐਲੀਗੈਂਟ ਚੀਜ਼ ਬਣੀ ਹੋਈ ਹੈ ਬਹੁਤ ਹੈਵੀ ਲੁੱਕ ਦੇ ਵਿੱਚ, ਗਿਫਟ ਕਰਨ ਲਈ ਵੀ ਵੈਰੀ ਗ੍ਰੇਸਫੁਲ ਚੀਜ਼ ਹੁੰਦੀ ਹੈ ਆਪਾਂ ਜੇ ਕਿਸੇ ਨੂੰ ਗਿਫਟ ਕਰਨੀ ਇਹੋ ਜਿਹੀ ਚੀਜ਼। ਅਤੇ ਆਹ ਤੁਹਾਨੂੰ ਮਿਲੂਗਾ ਮੋਰਾਂ ਦਾ ਪ੍ਰਿੰਟ, ਅਤੇ ਆਹ ਹੋ ਗਈ ਤੁਹਾਡੀ 3 ਮੀਟਰ ਦੀ
ਸਿਲਕ ਦੀ ਸਲਵਾਰ ਤੇ ਨਾਲ ਹੋ ਗਿਆ ਤੁਹਾਡਾ ਦੁਪੱਟਾ ਲਓ ਜੀ ਹੋਰ ਜੀ ਖੂਬਸੂਰਤ ਦੁਪੱਟਾ ਪ੍ਰਾਈਸ ਰੇਂਜ 3475 ਤੁਹਾਡੇ ਘਰ ਪਹੁੰਚ ਜਾਣਗੇ ਪੀਲਾ ਸਿਰਫ ਪੀਲਾ ਬਸ ਹੋਰ ਕੁਛ ਨਹੀਂ ਨੋਟ ਬੇਬੀ ਪੀਲਾ ਪ੍ਰੋਪਰ ਪੀਲਾ ਠੀਕ ਹੈ ਜੀ ਹਲਦੀ ਵਾਲਾ ਹਾਂਜੀ ਪੀਲਾ ਉਹਦੇ ਵਿੱਚ ਸੇਮ ਕਲਰ ਦਾ ਥਰੈਡ ਵਰਕ ਬਹੁਤ ਹੈਵੀ ਵਰਕ ਦੇ ਰਹੇ ਹਾਂ ਤੁਹਾਨੂੰ ਪੂਰਾ ਭਰਿਆ ਹੋਇਆ ਸੂਟ ਪੂਰਾ ਪਰ ਭੜਕੀਲਾਪਣ ਬਿਲਕੁਲ ਨਹੀਂ ਇਹ ਰਿਹਾ ਤੁਹਾਡਾ ਮੋਰਾਂ ਦਾ ਪ੍ਰਿੰਟ ਜਿਹੜਾ ਇਹਨੂੰ ਵੈਰੀ ਐਲੀਗੈਂਟ ਲੁੱਕ ਦੇ ਰਿਹਾ ਹੈ ਮਤਲਬ ਕਲਰਫੁੱਲ ਲੁੱਕ ਵੀ ਦੇਣ ਲੱਗ ਗਿਆ ਸੂਟ ਠੀਕ ਹੈ ਅਤੇ ਆਹ ਤੁਹਾਨੂੰ ਮਿਲੂਗਾ ਬਹੁਤ ਹੀ ਸੋਹਣਾ ਬਾਹਲਾ ਹੀ ਸੋਹਣਾ ਦੁਪੱਟਾ ਲਓ ਖੁੱਲ੍ਹਾ ਪੂਰਾ ਵਰ ਵੀ ਪੂਰਾ ਠੀਕ ਹੈ ਅਤੇ ਵੀਰਿੰਗ ਬਹੁਤ ਸੋਹਣੀ ਹੁੰਦੀ ਹੈ ਜੇ ਕਦੇ ਨਹੀਂ ਤੁਸੀਂ ਰਾਮਟੈਕਸ ਦਾ ਔਰਗੈਂਜ਼ਾ ਪਹਿਨੇ ਆ ਤਾਂ ਹੁਣ ਪਹਿਨ ਕੇ ਦੇਖਿਓ ਪ੍ਰਾਈਸ ਰੇਂਜ 3475 ਅਗਲੀ ਆਈਟਮ ਤੁਹਾਨੂੰ ਆਪਾਂ ਦੇਣੀ ਹੈ 6 ਮੀਟਰ ਸੂਟ ਵਾਲਾ ਠੀਕ ਹੈ ਇਹ ਆਪਾਂ ਤੁਹਾਨੂੰ ਦੇਣੀ ਹੈ ਜੀ ਮੋਡਾਲ ਦੇ ਉੱਤੇ ਠੀਕ ਹੈ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਪਿਆਰਾ ਬਿਲਕੁਲ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲਿਓ ਸਾਡੇ 'ਤੇ ਬਹੁਤ ਸੋਫਟ ਫੈਬਰਿਕ ਆਊਗਾ ਤੁਹਾਡੇ ਕੋਲ ਅਤੇ ਉਹਦੇ ਵਿੱਚ ਸਾਰੇ ਦੇ ਉੱਤੇ ਆਰੀ ਵਰਕ ਆ ਤੁਹਾਨੂੰ ਜਿਹੜਾ ਵਿੱਚ ਪੈਨਲ ਮਿਲਿਆ ਅਲੱਗ ਪ੍ਰਿੰਟਿੰਗ ਦਾ ਠੀਕ ਹੈ ਪੀਸ ਨਹੀਂ ਲੱਗਿਆ ਹੋਇਆ ਪ੍ਰਿੰਟਿੰਗ ਹੀ ਅਲੱਗ ਹੋਈ ਵੀ ਪੈਨਲ ਹੀ ਐਂ ਬਣਿਆ ਹੋਇਆ ਅਤੇ ਉਹਦੇ ਉੱਪਰ ਸਾਰੇ ਦੇ ਉੱਤੇ ਬਹੁਤ ਬਰੀਕ ਆਰੀ ਵਰਕ ਠੀਕ ਹੈ ਸਾਰੇ ਪੈਨਲ ਦੇ ਉੱਤੇ ਅਤੇ ਨੀਚੇ ਜਾ ਕੇ ਘੇਰਾ ਆ ਗਿਆ ਦੇਖੋ ਡਿਫਰੈਂਟ ਘੇਰਾ ਆ ਗਿਆ ਬਹੁਤ ਪਿਆਰਾ ਜਿਹਾ ਕੰਸੈਪਟ ਹੈ ਅਲੱਗ ਜਿਹਾ ਕਿਉਂਕਿ ਪ੍ਰਿੰਟਿੰਗ ਚੈੱਕਦਾਰ ਬਹੁਤ ਸੋਹਣੀ ਲੱਗਦੀ ਹੈ ਇਹਦੀ ਅਤੇ ਫਿਰ ਜਿਹੜਾ ਘੇਰਾ ਹੈ ਜਿੰਨਾ ਮਰਜ਼ੀ ਬਣਾ ਲਿਓ ਜਿੰਨੀ ਚੌੜਾਈ ਹੈ ਸਾਰਾ ਘੇਰਾ ਬਣ ਜੂਗਾ ਕਿਉਂਕਿ ਬਾਹਾਂ ਅਲੱਗ ਤੋਂ ਹੈ ਅਤੇ ਘੇਰੇ ਦਾ ਕੋਈ ਇਸ਼ੂ ਨਹੀਂ ਇਹਦਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਅਤੇ ਨਾਲ ਤੁਹਾਨੂੰ ਇਹਦੇ ਮਿਲਣੀ ਹੈ ਸੇਮ ਫੈਬਰਿਕ ਦੀ ਬੋਟਮ ਠੀਕ ਹੈ ਅਤੇ ਮੋਡਾਲ ਦਾ ਫੈਬਰਿਕ ਹੈ ਠੀਕ ਅਤੇ ਨਾਲ ਤੁਹਾਨੂੰ ਇਹਦੇ ਮਿਲਣੀ ਆ ਪਿਛਲੇ ਪਾਸੇ ਇਹ ਬਾਜੂ ਇਹ ਤੁਹਾਨੂੰ ਮਿਲੂਗਾ ਪਿਛਲਾ ਬੋਟਮ ਠੀਕ ਹੈ ਜੀ ਅਤੇ ਹੁਣ ਤੁਹਾਨੂੰ ਮੈਂ ਇਹਦਾ ਦੁਪੱਟਾ ਦਿਖਾਉਂਦੀ ਹਾਂ ਇਹ ਆਰਟੈਕਸ ਬ੍ਰਾਂਡ ਦਾ ਹੋਊਗਾ ਠੀਕ ਹੈ ਜੀ ਹਾਂ ਲਓ ਦੁਪੱਟਾ ਦੇਖੋ ਇਹਦਾ ਚਨੌਨ ਦਾ ਦੁਪੱਟਾ ਸੋਰੀ ਆਹ ਤੁਸੀਂ ਦੇਖੋ ਆਹ ਜਿਹੜਾ ਤੁਹਾਨੂੰ ਫੁੱਲ ਦਿਖ ਰਿਹਾ ਹੈ ਇਹ ਸਾਰਾ ਹੀ ਆਰੀ ਵਰਕ ਨਾਲ ਹਾਈਲਾਈਟਡ ਹੈ ਸਾਰਾ ਹੀ ਠੀਕ ਹੈ ਜਰੀ ਦੇ ਥਰੈਡ ਨਾਲ ਆਰੀ ਵਰਕ ਹੋਇਆ ਹੋਇਆ ਅਤੇ ਸਾਰੇ ਉੱਤੇ ਠੀਕ ਫਿਰ ਆਹ ਸਾਈਡ ਸਿੰਪਲ ਆ ਗਈ ਫਿਰ ਅੱਗੋਂ ਇਹ ਫਿਰ ਬਾਰਡਰ ਆ ਗਿਆ ਉਹਦੇ ਵਿੱਚ ਫਿਰ ਇਹ ਫੁੱਲ ਹਾਈਲਾਈਟ ਕੀਤੇ ਹੋਏ ਦੋਨੋਂ ਪਾਸਿਓਂ ਇੱਧਰੋਂ ਵੀ ਇੱਧਰੋਂ ਵੀ ਠੀਕ ਹੈ ਅਤੇ ਫਿਰ ਜਿਹੜਾ ਇਹ ਆ ਗਿਆ ਵਿੱਚ ਹਾਈਲਾਈਟਿੰਗ ਬਹੁਤ ਜ਼ਿਆਦਾ ਹੋਈ ਵੀ ਇਹਦੀ ਆਹ ਸਾਰੇ ਦੇ ਉੱਤੇ ਫਿਰ ਹਾਈਲਾਈਟਿੰਗ ਹੈ ਆਹ ਸਾਰੀਆਂ ਲਾਈਨਾਂ ਦੇ ਉੱਤੇ ਫਿਰ ਉਵੇਂ ਫਿਰ ਰਿਪੀਟ ਹੈ ਠੀਕ ਹੈ ਦੇਖੋ ਹੁਣ ਮੈਂ ਤੁਹਾਨੂੰ ਇਹ ਖੋਲ੍ਹ ਕੇ ਦਿਖਾਉਂਦੀ ਹੈ ਹੁਣ ਦੇਖੋ ਲੁੱਕ ਦੇਖੋ ਤੁਸੀਂ ਪੂਰਾ ਲਸ਼ ਲਸ਼ ਕਰਦਾ ਦੁਪੱਟਾ ਅਤੇ ਉਹਨੂੰ ਪੇਸਟਿੰਗ ਨਹੀਂ ਇਸ ਵਾਰ ਕੰਪਨੀ ਨੇ ਗੋਟਾ ਦਿੱਤਾ ਹੈ ਠੀਕ ਹੈ ਇਹ ਤੁਹਾਨੂੰ ਖੂਬਸੂਰਤ ਸੂਟ ਚਨੌਨ ਦੇ ਦੁਪੱਟੇ ਨਾਲ ਮੋਡਾਲ ਸਿਲਕ ਦਾ ਸੂਟ ਹੈ ਅਤੇ ਇਹਦਾ ਜਿਹੜਾ ਪ੍ਰਾਈਸ ਰੇਂਜ ਰਹੂਗਾ ਉਹ ਹੋਊਗਾ 3275 3275 ਦੇ ਵਿੱਚ ਬਹੁਤ ਪਿਆਰਾ ਫੈਬਰਿਕ ਅਤੇ ਬਹੁਤ ਖੂਬਸੂਰਤ ਆਈਟਮ ਹੈ ਸੋਬਰ ਐਂਡ ਐਲੀਗੈਂਟ ਠੀਕ ਹੈ ਜੀ ਲਓ ਲਓ ਜੀ ਲੁੱਕ ਦੇਖੋ ਸੂਟ ਸੇਮ ਦਾ ਅਗਲਾ ਕਲਰ ਦੇਖੋ ਸੇਮ ਦੇ ਵਿੱਚ ਅਗਲਾ ਕਲਰ ਠੀਕ ਹੈ ਆਹ ਤੁਹਾਨੂੰ ਮਿਲੂਗਾ ਘੇਰੇ ਦੇ ਉੱਤੇ ਵਰਕ ਆਹ ਤੁਹਾਨੂੰ ਮਿਲਣਗੇ ਪੈਨਲ ਪੂਰੇ ਉੱਪਰ ਤੱਕ ਠੀਕ ਹੈ ਅਤੇ ਇਹ ਤੁਹਾਨੂੰ ਮਿਲੂਗੀ ਉਹਦੀ ਬੋਟਮ ਸੀ ਗ੍ਰੀਨ ਟਾਈਪ ਜੀ ਠੀਕ ਹੈ ਅਤੇ ਨਾਲ ਤੁਹਾਨੂੰ ਮਿਲੂਗਾ ਇਹਦੇ ਇਹ ਚਨੌਨ ਦਾ ਦੁਪੱਟਾ ਆਹ ਲੁੱਕ ਆਉਣੀ ਹੈ ਬਿਊਟੀਫੁੱਲ ਸੂਟ ਹੈ ਜਸਟ ਬਿਊਟੀਫੁੱਲ ਚੀਜ਼ ਹੈ ਜੇ ਤੁਸੀਂ ਗਿਫਟ ਕਰਨੀ ਹੈ ਤਾਂ ਵੀ ਅਤੇ ਆਪਣੇ ਲੈ ਲੈਣੀ ਹੈ ਤਾਂ ਵੀ ਐਨ ਪੂਰਾ ਲਸ਼ ਲਸ਼ ਕਰਦਾ ਦੁਪੱਟਾ ਹੈ ਅਤੇ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਹੁੰਦਾ ਇਹਨੂੰ ਲਾਈਨਿੰਗ ਤੋਂ ਬਿਨਾਂ ਵੀ ਕੁਛ ਨਹੀਂ ਪਰ ਗੈਟ ਅਪ ਲਾਈਨਿੰਗ ਨਾਲ ਆਊਗੀ ਬਹੁਤ ਪਿਆਰੀ ਆਈਟਮ ਹੈ ਡਿਜ਼ਾਈਨ ਦਿਖਾਉਣੀ ਹੈ ਸੇਮ ਫੈਬਰਿਕ ਰਹੂਗਾ ਆਰਟੈਕਸ ਬ੍ਰਾਂਡ ਦੀ ਮੋਡਾਲ ਮੋਡਾਲ ਬਹੁਤ ਪਿਆਰਾ ਫੈਬਰਿਕ ਹੈ ਤੁਹਾਡੇ ਹੱਥ 'ਚ ਆਊਗਾ ਨਾ ਫਿਰ ਤੁਹਾਨੂੰ ਲੱਗੂਗੇ ਵਾਕਈ ਇਹ ਆਈਟਮ ਬਹੁਤ ਸੋਹਣੀ ਹੈ ਆਹ ਤੁਹਾਨੂੰ ਮਿਲੂਗਾ ਗਲੇ ਦੇ ਉੱਤੇ ਆਰੀ ਵਰਕ ਪਲੱਸ ਕੁੱਟ ਪੱਤੀ ਠੀਕ ਹੈ ਫਿਰ ਆਹ ਦੋ ਲਾਈਨਸ ਦਾ ਪੈਨਲ ਆ ਗਿਆ ਆਰੀ ਵਰਕ ਦੇ ਨਾਲ ਠੀਕ ਹੈਵੀ ਗਲਾ ਅਤੇ ਪਲੱਸ ਦੋ ਲਾਈਨਾਂ ਦਾ ਆ ਗਿਆ ਹਾਂ ਇਹ ਵੀ ਥਰੈਡ ਵਰਕ ਹੋਇਆ ਹੋਇਆ ਨਾਲ ਤੁਹਾਨੂੰ ਠੀਕ ਹੈ ਅਤੇ ਨਾਲ ਇੱਧਰ ਪੈਨਲ ਹੋਇਆ ਹੋਇਆ ਠੀਕ ਹੈ ਸਰਵੋਸਕੀ ਲੱਗੀ ਹੋਈ ਹੈ ਅਤੇ ਨੀਚੇ ਆ ਗਿਆ ਘੇਰਾ ਇਹ ਤੁਹਾਨੂੰ ਮਿਲੂਗਾ ਘੇਰਾ ਗ੍ਰੇ ਐਂਡ ਬਲੈਕ ਦਾ ਬਿਊਟੀਫੁੱਲ ਪ੍ਰਿੰਟ ਠੀਕ ਹੈ ਅਤੇ ਆਹ ਦੇਖੋ ਹੁਣ ਦੇਖੋ ਲੁੱਕ ਸੂਟ ਬਹੁਤ ਸੋਹਣੀ
ਪ੍ਰਿੰਟਿੰਗ ਬਹੁਤ ਸੋਹਣੀ ਫੈਬਰਿਕ ਨਾ ਬਹੁਤ ਸਿਰਾ ਫੈਬਰਿਕ ਹੈ ਬਹੁਤ ਸੋਹਣਾ ਕੱਪੜਾ ਤੁਹਾਡੇ ਕੋਲ ਪਹੁੰਚਣਾ ਤੇ ਆਹ ਤੁਹਾਨੂੰ ਮਿਲੂਗਾ ਇਹਦਾ ਸੇਮ ਫੈਬਰਿਕ ਦੇ ਵਿੱਚ ਬਾਟਮ 6 ਮੀਟਰ ਫੈਬਰਿਕ ਮਿਲੂਗਾ ਤੁਹਾਨੂੰ 3275 ਦੇ ਵਿੱਚ ਠੀਕ ਹੈ ਜੀ 3 ਮੀਟਰ ਸ਼ਰਟ ਤੇ 3 ਮੀਟਰ ਬਾਟਮ ਰਹਿ ਗਿਆ ਸੀ ਇਹਦਾ ਸੱਚ ਦੁਪੱਟਾ ਵੀ ਦਿਖਾ ਦਿਆਂ ਲਓ ਆਹ ਤੁਹਾਨੂੰ ਮਿਲੂਗਾ ਚਨੌਨ ਦਾ ਦੁਪੱਟਾ ਤੇ ਉਹਦੇ ਵਿੱਚ ਬਿਊਟੀਫੁਲ ਪ੍ਰਿੰਟਿੰਗ ਆ ਦੇਖੋ ਪ੍ਰਿੰਟਿੰਗ ਇਹਦੀ ਦੇਖੋ ਪ੍ਰਿੰਟਿੰਗ ਪਲੱਸ ਵਰਕ ਕਿਵੇਂ ਅਲਟਰਨੇਟ ਕੀਤਾ ਹੋਇਆ ਇੱਕ ਆਹ ਵੇਲ ਹਾਈਲਾਈਟਡ ਫਿਰ ਇਹ ਫਿਰ ਐਂ ਅਲਟਰਨੇਟ ਕੀਤੀਆਂ ਹੋਈਆਂ ਵੇਲਾਂ ਬਹੁਤ ਸੋਹਣਾ ਜਿਹਾ ਡਿਫਰੈਂਟ ਜਿਹੇ ਕੰਸੈਪਟ ਦੇ ਉੱਤੇ ਫਿਰ ਵਿੱਚ ਵਿੱਚ ਜਿਸ ਵਿੱਚ ਪ੍ਰਿੰਟਿੰਗ ਫਲਾਰ ਆ ਗਈ ਠੀਕ ਹੈ ਅਤੇ ਆਹ ਤੁਹਾਨੂੰ ਮਿਲਣਾ ਹੈ 2.5 ਮੀਟਰ ਦਾ ਦੁਪੱਟਾ ਚਨੌਨ ਦਾ ਮੋਟੇ ਨਾਲ ਰੈਡੀ ਕੀਤਾ ਹੋਇਆ ਪ੍ਰਾਈਸ ਰੇਂਜ 3250 ਪੂਰਾ ਹੈਵੀ ਵਰਕ ਹੋਇਆ ਪਿਆ ਆਰੀ ਵਰਕ ਬਹੁਤ ਸਫਾਈ ਦੇ ਨਾਲ ਹੋਇਆ ਵੱਡੀਆਂ ਕੰਪਨੀਆਂ ਤਾਂ ਸਫਾਈ ਤੋਂ ਕੋਈ ਚਿੰਤਾ ਹੁੰਦੀ ਨੀ ਨਾ ਤੇ ਫਿਰ ਤੁਹਾਨੂੰ ਹੈਵੀ ਬਾਰਡਰ ਮਿਲ ਰਿਹਾ ਨੀਚੇ ਤੇ ਉਹਦੇ ਉੱਪਰ ਥਰੈਡ ਵਰਕ ਤੁਹਾਨੂੰ ਮੈਂ ਪਹਿਲਾਂ ਦਿਖਾਉਣਾ ਭੁੱਲ ਗਈ ਥਰੈਡ ਵਰਕ ਵੀ ਹੋਇਆ ਹੋਇਆ ਠੀਕ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਆਹ ਦੇਖੋ ਇੱਥੋਂ ਪਤਾ ਲੱਗਦਾ ਵੀ ਹੈਂਡ ਵਰਕ ਵੀ ਹੋਇਆ ਹੋਇਆ ਵਿੱਚ ਠੀਕ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਤੁਹਾਡਾ ਸਰਦਾਰੀ ਆਈਟਮ ਹੈ ਇਹ ਜੇ ਤੁਸੀਂ ਕਿਸੇ ਵੀ ਏਜ ਗਰੁੱਪ ਦੇ ਹੋ ਪਰ ਤੁਸੀਂ ਇਹ ਹਾਈਲਾਈਟਡ ਸੂਟ ਈਜ਼ੀਲੀ ਪਿੱਕ ਕਰ ਸਕਦੇ ਹੋ ਕਿਉਂਕਿ ਭੜਕੀਲਾਪਣ ਬਿਲਕੁਲ ਨਹੀਂ ਹੈਗਾ ਲਓ ਦੇਖੋ ਕਿੰਨੀ ਪਿਆਰੀ ਲੁੱਕ ਆ ਰਹੀ ਹੈ ਸੂਟ ਦੀ ਇਹ ਤੁਹਾਨੂੰ ਸਾਰੀ ਹਾਈਲਾਈਟਿੰਗ ਮਿਲਣੀ ਆਰੀ ਵਰਕ ਦੀ ਠੀਕ ਹੈ ਸੂਟ ਦੇ ਉੱਤੇ ਤੇ ਪ੍ਰਾਈਸ ਰੇਂਜ ਸਿਰਫ 3275 ਸੇਮ ਫੈਬਰਿਕ ਡਿਜ਼ਾਈਨ ਚੇਂਜ ਹੋਊਗਾ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸਾਰਾ ਹੀ ਜਿੰਨਾ ਤੁਹਾਨੂੰ ਦਿਖ ਰਿਹਾ ਸਾਰਾ ਹੀ ਸਿੱਪੀ ਵਰਕ ਵੀ ਹੈ ਵਿੱਚ ਦੇਖੋ ਤੇ ਨਾਲ ਆਰੀ ਵਰਕ ਤੇ ਵਿੱਚ ਗੋਟਾ ਪੱਤੀ ਸਰਵੋਸਕੀ ਠੀਕ ਹੈ ਪਰ ਆਰੀ ਵਰਕ ਬਹੁਤ ਬਰੀਕ ਹੋਇਆ ਹੋਇਆ ਪੈਨਲ ਬਹੁਤ ਸੋਹਣਾ ਲੱਗ ਰਿਹਾ ਲਾਈਟ ਐਂਡ ਡਾਰਕ ਦਾ ਕੋਂਬੀਨੇਸ਼ਨ ਨੀਚੇ ਨੂੰ ਜਾਂਦੇ ਜਾਂਦੇ ਡਾਰਕ ਹੋ ਗਿਆ ਇਹਦੀ ਪ੍ਰਿੰਟਿੰਗ ਜਿਹੜੀ ਉਹ ਬਹੁਤ ਪਿਆਰੀ ਡਿਜੀਟਲ ਜਿਹੀ ਪ੍ਰਿੰਟਿੰਗ ਹੋਈ ਵੀ ਵਿੱਚ ਤੇ ਪਲੱਸ ਇਹ ਆ ਗਿਆ ਘੇਰਾ ਘੇਰੇ ਦੇ ਉੱਤੇ ਵੀ ਸਾਰੇ ਦੇ ਉੱਤੇ ਤੁਹਾਨੂੰ ਵਰਕ ਮਿਲੂਗਾ ਸੇਮ ਜਿਵੇਂ ਇਹਦੇ 'ਚ ਸੀ ਠੀਕ ਹੈ ਅਤੇ ਨਾਲ ਤੁਹਾਨੂੰ ਮਿਲੂਗੀ ਬੋਟਮ ਇਹ ਤੁਹਾਡੀ ਹੈ ਬੋਟਮ ਦਾ ਫੈਬਰਿਕ 3 ਮੀਟਰ ਬੋਟਮ ਅਤੇ 3 ਮੀਟਰ ਹੀ ਮਿਲੂਗਾ ਬਾਜੂ ਆ ਵੀ 3 ਮੀਟਰ ਮਿਲੂਗਾ ਤੁਹਾਨੂੰ ਸ਼ਰਟ ਲਓ ਬਹੁਤ ਸੋਹਣਾ ਕੰਮ ਹੋਇਆ ਹੋਇਆ ਪੂਰਾ ਹੈਵੀ ਦੁਪੱਟੇ ਦੇ ਉੱਤੇ ਵਰਕ ਹੈ ਇਹ ਨਹੀਂ ਕਿ ਜਸਟ ਮਾੜਾ ਮਾੜਾ ਨਹੀਂ ਪੂਰਾ ਭਰਿਆ ਹੋਇਆ ਆਹ ਛੋਟੀਆਂ ਬੂਟੀਆਂ ਵੀ ਹੈ ਵਿੱਚ ਵਿੱਚ ਠੀਕ ਹੈ ਅਤੇ ਹਾਈਲਾਈਟਡ ਦੁਪੱਟਾ ਚਨੌਨ ਦਾ ਲਾਈਟ ਵੇਟ 2.5 ਮੀਟਰ ਗੋਟੇ ਨਾਲ ਫਾਈਨਲ 3275 'ਚ ਸੂਟ ਤੁਹਾਡੇ ਘਰ ਪਹੁੰਚ ਜਾਣਾ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਉੱਪਰੋਂ ਤਾਂ ਹੈਗਾ ਜੀ ਇਹ ਫਿੱਕਾ ਫਿੱਕਾ ਜਿਹਾ ਅਤੇ ਵਿੱਚ ਜਿਹੜਾ ਇਹਦਾ ਕੋਕਾ ਕੋਲਾ ਟਾਈਪ ਜਿਹਾ ਹੈ ਨਾ ਨਸਵਾਰੀ ਜਿਹਾ ਉਹ ਪੈਨਲ ਬਣਿਆ ਹੋਇਆ ਤੇ ਉਹਦੇ ਵਿੱਚ ਹੀ ਹੌਲੀ ਹੌਲੀ ਨੀਚੇ ਜਾ ਕੇ ਡਾਰਕ ਹੋ ਕੇ ਕਨਵਰਟ ਹੋ ਗਿਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਨਾ ਲਾਈਟ ਐਂਡ ਡਾਰਕ ਦਾ ਜੇ ਮਤਲਬ ਆਪਾਂ ਲਾਈਟ ਸ਼ੇਡ ਵੀ ਪਾ ਪਾ ਕੇ ਅੱਕ ਜੇ ਜਾਂਦੇ ਹਾਂ ਜੇ ਆਪਣੀ ਉਮਰ ਵੀ ਹੋਵੇ ਤਾਂ ਵੀ ਆਪਾਂ ਇਹਨੂੰ ਈਜ਼ੀਲੀ ਪਿੱਕ ਕਰ ਸਕਦੇ ਹਾਂ ਕਿਉਂਕਿ ਬਹੁਤ ਹੀ ਸੋਬਰ ਜੀ ਕਦੇ ਕਦੇ ਮੈਨੂੰ ਲੱਗਦਾ ਵੀ ਰਾਮ ਟੈਕਸ ਨੇ ਨਾ ਟਾਰਗੇਟ ਹੀ ਆਹ ਟੈਕਸ ਤੇ ਰਾਮ ਟੈਕਸ ਨੇ ਨਾ ਟਾਰਗੇਟ ਜਿਹੜਾ ਉਹ ਉਹਨਾਂ ਬੀਬੀਆਂ ਨੂੰ ਰੱਖਿਆ ਹੋਇਆ ਜਿਹੜੀਆਂ ਬੀਬੀਆਂ ਨੂੰ ਪ੍ਰੋਬਲਮ ਹੁੰਦੀ ਹੈ ਮਾਰਕੀਟ 'ਚ ਆਪਣੀ ਕਲਰ ਵਗੈਰਾ ਲੱਭਣ 'ਚ ਹੈ ਨਾ ਬਹੁਤ ਪਿਆਰੀ ਚੀਜ਼ ਦਿੱਤੀ ਹੈ ਅਤੇ ਬਹੁਤ ਸੋਹਣਾ ਫੈਬਰਿਕ 3 ਮੀਟਰ ਸ਼ਰਟ ਦਾ ਕੱਪੜਾ ਅਤੇ 3 ਮੀਟਰ ਬੋਟਮ ਦਾ ਬੋਟਮ ਇਹਦੇ ਨਾਲ ਇਹ ਹੋਊਗਾ ਠੀਕ ਹੈ ਅਤੇ ਨਾਲ ਤੁਹਾਨੂੰ ਮਿਲੂਗਾ ਇਹਦੇ ਇਹ ਦੁਪੱਟਾ ਭੜਕੀਲੀਆਂ ਚੀਜ਼ਾਂ ਆਰਟੈਕਸ ਅਤੇ ਰਾਮਟੈਕਸ ਬਿਲਕੁਲ ਨਹੀਂ ਬਣਾਉਂਦੀ ਇਹ ਹੈ ਅਗਲਾ ਸੂਟ ਠੀਕ ਹੈ ਜੀ ਪ੍ਰਾਈਸ 3275 ਚੈੱਕ ਬਣਿਆ ਨਾ ਇਹਨੇ ਬਹੁਤ ਪਿਆਰੀ ਤੇ ਹੈਵੀ ਲੁੱਕ ਦਿੱਤੀ ਹੈ ਲੁੱਕ ਹੈਵੀ ਦਿੱਤੀ ਹੈ ਉਵੇਂ ਵੇਟ 'ਚ ਹੈ ਵੀ ਨਹੀਂ ਬਹੁਤ ਪਿਆਰਾ ਜਿਹਾ ਬੋਰਡਰ ਦਿੱਤਾ ਨੀਚੇ ਜਿਹੜਾ ਮਰਜ਼ੀ ਏਜ ਗਰੁੱਪ ਹੋਵੇ ਤੁਹਾਡਾ ਅੱਜ
ਤੁਸੀਂ ਭਾਵੇਂ ਆਂਟੀ ਹੋ, ਭਾਵੇਂ ਦਾਦੀ ਹੋ, ਭਾਵੇਂ ਨਾਨੀ ਹੋ, ਜੋ ਮਰਜ਼ੀ ਹੋ, ਬਸ ਅੱਜ ਆਪਣਾ ਚਾਹ ਪੂਰਾ ਕਰ ਲਿਓ ਤੁਸੀਂ। ਇਸ ਤੋਂ ਗ੍ਰੇਸਫੁਲ ਆਈਟਮ ਲੱਭਣੀ ਬਹੁਤ ਔਖੀ ਆ। ਅੱਜ ਬਹੁਤ ਪਿਆਰਾ ਫੈਬਰਿਕ ਦੇਵਾਂਗੇ ਤੁਹਾਨੂੰ ਅਤੇ ਬਹੁਤ ਹੀ ਪਿਆਰਾ ਜਿਹਾ ਕਲਰ ਕੋਂਬੀਨੇਸ਼ਨ ਅਤੇ ਉਹਦੇ ਉੱਪਰ ਵਰਕ ਵੀ ਇੰਨਾ ਪਿਆਰਾ ਜਿਹਾ। ਲਓ ਜੀ, ਇਹ ਤੁਹਾਨੂੰ ਮਿਲਣਾ ਆਹ ਬਾਰਡਰ, ਉਹੀ ਵਾਲਾ ਜਿਹੜਾ ਇਹਦੇ 'ਚ ਸੀਗਾ ਨਾ, ਉਹੀ ਵਾਲਾ ਬਾਰਡਰ ਦੁਪੱਟੇ 'ਚ ਵੀ ਦਿੱਤਾ ਤੁਹਾਨੂੰ। ਦੇਖੋ ਸੇਮ ਬਾਰਡਰ ਆਰੀ ਵਰਕ ਦੇ ਨਾਲ ਅਤੇ ਕਲਰ ਲਾਈਟ ਐਂਡ ਡਾਰਕ ਦਾ ਕੋਂਬੀਨੇਸ਼ਨ ਕਰਕੇ ਨਾ ਬਿਲਕੁਲ ਭੜਕੀਲਾਪਣ ਆਉਣ ਹੀ ਨਹੀਂ ਦਿੱਤਾ ਹੈਗਾ। ਇਹਨਾਂ ਬੈਲੈਂਸ ਕੀਤਾ ਕੰਪਨੀ ਨੇ ਨਾ ਸੂਟ, ਜਿਹੜਾ ਮਰਜ਼ੀ ਏਜ ਗਰੁੱਪ ਇਹਨੂੰ ਪਾ ਲਈ। ਅਤੇ ਪ੍ਰਾਈਸ ਰੇਂਜ ਪੂਰਾ ਦੇਖੋ, ਦੁਪੱਟਾ ਕਿਵੇਂ ਲਸ਼ ਲਸ਼ ਕਰਦਾ ਹੈ ਅਤੇ ਪ੍ਰਾਈਸ ਰੇਂਜ ਇੰਨੇ ਸੋਹਣੇ ਜਿਹੇ ਸੂਟ ਦਾ ਸਿਰਫ 3275 ਰੁਪਏ ਸੂਟ ਤੁਹਾਡੇ ਘਰ ਆ ਜੂਗਾ। ਅੱਜ ਨਾ ਜੇ ਕਿਸੇ ਭੈਣ ਨੂੰ ਐਂ ਪਤਾ ਵੀ ਇਹ ਕਲਰ ਨੂੰ ਕੀ ਕਹਿੰਦੇ ਆ, ਸਾਨੂੰ ਜ਼ਰੂਰ ਕਮੈਂਟ ਕਰਿਓ, ਕਿਉਂਕਿ ਆਉਂਦਾ ਵੀ ਬਹੁਤ ਹੈ ਅਤੇ ਸਾਨੂੰ ਤਾਂ ਪਤਾ ਵੀ ਨਹੀਂ ਕਹਿੰਦੇ ਕੀ ਹੈ ਜਿਹੜਾ ਵੀ ਕਲਰ ਹੈਗਾ। ਪਰ ਹੈ ਬਹੁਤ ਕਮਾਲ, ਕੱਟ ਹੁੰਦਾ ਆਪਣੀ ਅਲਮਾਰੀ 'ਚ, ਠੀਕ ਹੈ ਇਹ ਕਲਰ। ਅਤੇ ਕਿਸੇ ਨੂੰ ਵੀ ਪਵਾ ਦਿਓ ਤੁਸੀਂ, ਕਿਸੇ ਵੀ ਏਜ ਗਰੁੱਪ ਨੂੰ, ਬਿਲਕੁਲ ਵੀ ਇਹ ਐਂ ਨਹੀਂ ਕਹੂਗਾ ਬੰਦਾ ਅਗਲਾ ਵੀ ਮੈਨੂੰ ਤਾਂ ਇਹ ਗੂੜਾ ਹੈ, ਇੰਨਾ ਸੋਹਣਾ ਜਿਹਾ ਅਤੇ ਨਾਲ ਇਹ ਲਾਈਟ ਵੀ ਨਹੀਂ ਹੈਗਾ, ਦੋਨੋਂ ਗੱਲਾਂ ਇਹਦੇ 'ਚ ਭੜਕੀਲਾ ਪਾਣੀ, ਬਸ ਤਿੱਖਾ ਪਾਣੀ ਗਾ, ਜਿਸ ਕਰਕੇ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ। ਵਿੱਚ ਥਰੈਡ ਵਰਕ ਦਾ ਕੰਮ ਹੈ, ਗੋਟਾ ਪੱਤੀ ਹੈ, ਸਿੱਪੀ ਹੈ, ਆਰੀ ਵਰਕ ਹੈ, ਪਰ ਬਹੁਤ ਜ਼ਿਆਦਾ ਭੜਕੀਲਾ ਬਿਲਕੁਲ ਨਹੀਂ ਹੈਗਾ। 3 ਮੀਟਰ ਫੈਬਰਿਕ ਸਵਾਰ ਦਾ, 3 ਮੀਟਰ ਬੋਟਮ ਦਾ, ਅਤੇ ਆਹ ਹੋ ਗਈ ਦੁਪੱਟਾ, ਠੀਕ ਹੈ ਜੀ, ਚਨੌਨ ਦਾ ਦੁਪੱਟਾ, 2.5 ਮੀਟਰ ਗੋਟੇ ਨਾਲ ਫਾਈਨਲ। ਪ੍ਰਾਈਸ ਰੇਂਜ 3275। ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ। ਸੂਟ ਕਿਵੇਂ ਔਡਰ ਕਰਨਾ ਹੈ ਉਹ ਮੈਂ ਤੁਹਾਨੂੰ ਸਮਝਾਤਾ, ਸ਼ੋਪ 'ਤੇ ਕਿਵੇਂ ਆਉਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਤਾ, ਠੀਕ ਹੈ ਜੀ। ਬਟ ਫੋਨ ਇੱਕ ਬਹੁਤ ਜ਼ਰੂਰੀ ਹੈ, ਦੁਬਾਰਾ ਰਿਕੁਐਸਟ ਹੈ, ਫੋਨ ਕਰੇ ਬਿਨਾਂ ਪਲੀਜ਼ ਕਨਫਰਮ ਕਰ ਲਿਆ ਕਰੋ ਵੀ ਅਸੀਂ ਹੈਗੇ ਹਾਂ, ਠੀਕ ਹੈ, ਮਾਰਨਿੰਗ ਹੀ ਕਰ ਲਿਆ ਕਰੋ। ਹਾਂ ਮਾਰਨਿੰਗ, ਠੀਕ ਹੈ, ਮਾਰਨਿੰਗ ਕਰੋ ਤਾਂ ਹੋਰ ਵੀ ਵਧੀਆ, ਕਈ ਵਾਰੀ ਸ਼ਾਮ ਨੂੰ ਆਪਾਂ ਨੂੰ ਕੋਈ ਕੰਮ ਨਹੀਂ ਹੁੰਦਾ ਅਤੇ ਅਚਾਨਕ ਤੇਜ਼ ਤੇ ਕੋਈ ਕੰਮ ਨਿਕਲਿਆ ਹੁੰਦਾ ਅਤੇ ਮਾਰਨਿੰਗ ਸਾਨੂੰ ਕੈਂਸਲ ਕਰਨਾ ਪੈ ਜਾਂਦਾ, ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਬਹੁਤ ਜ਼ਰੂਰੀ ਹੈ, ਜ਼ਰੂਰ ਕਰ ਲਿਆ ਕਰੋ। ਸੋ ਲਾਈਕ ਸ਼ੇਅਰ ਅਤੇ ਕਮੈਂਟ ਜਾਰੀ ਰੱਖਣੀ ਹੈ, ਸਾਨੂੰ ਗਾਈਡੈਂਸ ਮਿਲਦੀ ਰਹਿੰਦੀ, ਉਹ ਗਾਈਡੈਂਸ ਬੰਦ ਨਹੀਂ ਕਰਦੂਗੀ। ਤੁਹਾਡਾ ਆਪਣਾ ਚੈਨਲ ਹੈ, ਤੁਸੀਂ ਗਰੋ ਕਰਨਾ ਹੈ, ਬਹੁਤ ਜਲਦ ਆਪਾਂ ਅਗਲੀ ਸੋਹਣੀ ਜਿਹੀ ਵਰਾਇਟੀ ਨਾਲ ਫਿਰ ਦੁਬਾਰਾ ਨਵੀਂ ਵੀਡੀਓ 'ਚ ਮਿਲਦੇ ਹਾਂ।